ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਪਿਛਲੇ ਸਾਲ ਤੋਂ ਹੀ ਇੱਕ ਦਸਤਕ ਮੁਹਿੰਮ ਚਲਾਈ ਗਈ ਸੀ ਜਿਸ ਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਸਹਿਣ ਕੀਤੇ ਸਨ ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਸ਼ਰਾਬ ਦਾ ਨਸ਼ਾ ਤੰਬਾਕੂ ਮੀਟ ਸਭ ਕੁਝ ਨਸ਼ਾ ਖਤਮ ਕਰਨ ਵਾਸਤੇ ਪਵਿੱਤਰ ਨਗਰ ਦਾ ਜਿਹੜਾ ਖਿਤਾਬ ਦੇਣ ਵਾਸਤੇ ਅਪੀਲ ਕੀਤੀ ਸੀ ਸਹਿਣ ਕਰਵਾਏ ਸਨ ਉਸੇ ਦੇ ਤਹਿਤ ਪਿਛਲੇ ਕੁਝ ਸਮੇਂ ਤੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੱਤੇ ਮੈਮੋਰੈਂਡਮ ਦਿੱਤੇ ਜਿਸ ਦੇ ਵਿੱਚ SDM ਸਾਹਿਬ ਨੂੰ DC ਸਾਹਿਬ ਨਾਲ ਸਿੰਘ ਸਾਹਿਬ ਜੀ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਵੀ ਕੀਤੀ ਅਤੇ ਸਾਨੂੰ 13 ਤਰੀਕ ਦੇ ਜਿਹੜੀ ਆ ਅਲਟੀਮੇਟਮ ਦਿੱਤਾ ਗਿਆ ਉਸ ਤੋਂ ਬਾਅਦ ਅੱਜ 13 ਤਰੀਕ ਨੂੰ ਜੋ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਉਪਰੰਤ ਵਰਕਰ ਆਗੂ ਸਾਹਿਬਾਨ ਅਤੇ ਵਿਸ਼ੇਸ਼ ਕਰਕੇ ਦਮਦਮ ਟਕਸਾਲ ਦੇ ਬੁਲਾਰੇ ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸੋ ਗੁਰੂ ਸਾਹਿਬ ਨੇ ਅੱਜ ਜੋ ਫਤਿਹ ਬਖਸ਼ੀ ਜਥੇਬੰਦੀ ਨੂੰ ਕਿਉਂਕਿ ਜੋ ਅਸੀਂ ਹਿਆ ਕਰਕੇ ਤੁਰੇ ਸਾਂ ਮੈਮੋਰੈਂਡਮ ਦੇਣ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਗੁਰਦੁਆਰਾ ਹੱਟ ਸਾਹਿਬ ਤੋਂ ਜਿੱਥੇ ਉਹ ਠੇਕਾ ਸਵਾਗਤੀ ਗੇਟ ਦੇ ਅੰਦਰ ਖੋਲ੍ਹਿਆ ਗਿਆ ਸੀ ਉਸ ਠੇਕੇ ਨੂੰ ਬੰਦ ਕਰਵਾਉਣ ਵਾਸਤੇ ਇਕੱਲੇ ਉਸ ਠੇਕੇ ਨੂੰ ਹੀ ਨਹੀਂ ਤਕਰੀਬਨ ਜਿੰਨੇ ਵੀ ਠੇਕੇ ਸਵਾਗਤੀ ਗੇਟਾਂ ਦੇ ਅੰਦਰ ਗੁਰੂ ਸਾਹਿਬ ਦੀ ਨਗਰੀ ਦੇ ਹਦੂਦ ਦੇ ਅੰਦਰ ਆਉਂਦੇ ਉਹਨਾਂ ਨੂੰ ਬੰਦ ਕਰਵਾਉਣ ਵਾਸਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜੋ ਅੱਜ ਕਾਰਵਾਈ ਪਾਈ ਹੈ ਉਸ ਕਾਰਵਾਈ ਦੇ ਤਹਿਤ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਆ ਅਤੇ ਉਹਨਾਂ ਨੇ ਜੋ ਠੇਕੇਦਾਰ ਔਰ ਐਕਸਾਈਜ਼ ਵਿਭਾਗ ਦੇ ਜੋ ਕਰਿੰਦੇ ਜਾਂ ਮੁਲਾਜ਼ਮ ਨੇ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਆ ਕਿ ਮੰਗਲਵਾਰ ਸ਼ਾਮ ਤੱਕ ਸਮਾਨ ਚੁੱਕਾਂਗੇ ਜਿਹੜੇ 2 ਠੇਕੇ 3 ਵੱਜਦੇ ਨੇ ਅਤੇ ਜਿਹੜਾ ਮੇਨ ਜਿਹੜਾ ਲੋਹੀਆਂ ਰੋਡ 'ਤੇ ਠੇਕਾ ਸੀਗਾ ਉਹ ਠੇਕਾ ਤੁਰੰਤ ਉਸੇ ਵੇਲੇ ਬੰਦ ਕਰਵਾ ਦਿੱਤਾ ਗਿਆ ਜਦੋਂ ਕਿ ਇਹ ਕਾਰਵਾਈ ਕਰਨ ਤੱਕ ਪ੍ਰਸ਼ਾਸਨ ਨੇ ਟਾਲ ਮਟੋਲ ਕੀਤਾ ਸੀ ਤਾਂ ਸਿੰਘਾਂ ਨੇ ਜਥੇਬੰਦੀ ਦੇ ਸਿੰਘਾਂ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਆਗੂ ਸਾਹਿਬਾਨਾਂ ਨੇ ਜਾ ਕੇ ਆਪ ਖੁਦ ਪੰਥਕ ਰਵਾਇਤ ਅਨੁਸਾਰ ਠੇਕਾ ਬੰਦ ਕਰਨ ਦਾ ਜਿਹੜਾ ਸੀ ਉਪਰਾਲਾ ਕੀਤਾ ਉਸ ਉਪਰਾਲੇ ਤਹਿਤ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਸਾਡੀ ਇਹ ਜਥੇਬੰਦੀ ਦੀ ਫਤਿਹ ਹੋਈ ਆ ਅਸੀਂ ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਸਾਥ ਦਿੱਤਾ ਆ ਖਾਸ ਕਰਕੇ ਇੰਟਰਨੈਸ਼ਨਲ ਪੰਥਕ ਦਲ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁੱਖ ਬੁਲਾਰਾ ਭਾਈ ਚਰਨਜੀਤ ਸਿੰਘ ਜੀ ਜੱਸੋਵਾਲ ਸੰਤ ਬਾਬਾ ਸਵਰਨਜੀਤ ਸਿੰਘ ਜੀ ਮੁਖੀ ਤਰਨਾ ਦਲ ਉਹਨਾਂ ਦਾ ਅਸੀਂ ਅਤੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਵਰਕਰ ਸਮੂਹ ਜਿਹੜੇ ਜਿੰਨਾ ਨੇ ਸਾਡਾ ਸਾਥ ਦਿੱਤਾ ਆ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਜਦੋਂ ਵੀ ਜਥੇਬੰਦੀ ਇਹੋ ਜਿਹੇ ਮਹਿਮ 'ਤੇ ਨਾਲ ਤੁਰਦੀ ਆ ਸਾਡੇ ਨਾਲ ਸਾਥ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ